ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬਟਾਲਾ ਪੁਲਿਸ ਦੇ ਵੱਲੋਂ ਇੱਕ ਵਾਰ ਫੇਰ ਵੱਡੀ ਮਾਤਰਾ ਦੇ ਵਿੱਚ ਅਲਕੋਹਲ ਫੜਨ ਦਾ ਦਾਵਾ ਕੀਤਾ ਗਿਆ ਹੈ। ਅੱਜ CIA ਸਟਾਫ ਦੇ ਵਿੱਚ DSP ਇਨਵੈਸਟੀਗੇਸ਼ਨ ਸ਼੍ਰੀਮਤੀ ਪਰਵਿੰਦਰ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਉਹਨਾਂ ਕਿਹਾ ਕਿ SSP ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਅਤੇ SP ਕੁਲਵੰਤ ਸਿੰਘ ਹੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀ ਪੁਲਿਸ ਦੇ ਵੱਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 3000 ਲੀਟਰ ਅਲਕੋਹਲ ਫੜੀ ਗਈ ਸੀ। ਉਸ ਲੜੀ ਦੇ ਵਿੱਚ ਅੱਗੇ ਜਾਂਚ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਗਠਿਤ ਕੀਤੀ ਇੱਕ ਸਪੈਸ਼ਲ ਟੀਮ ਵੱਲੋਂ ਪਿੰਡ ਦਮੋਦਰ ਦੇ ਵਿੱਚ ਛਾਪੇਮਾਰੀ ਦੌਰਾਨ ਇੱਕ ਵਿਅਕਤੀ ਕੁਲਵੰਤ ਰਾਏ ਉਲਫ ਕੰਤਾ ਥਾਣਾ ਘਰਿੰਡਾ ਨੂੰ ਟਰੱਕ ਸਮੇਤ ਕਾਬੂ ਕਰ ਉਸ ਵਿੱਚੋਂ 2905 ਲੀਟਰ ਅਲਕੋਹਲ ਜੋ ਡਰੰਮਾਂ ਦੇ ਵਿੱਚ ਬੰਦ ਸੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਆਰੋਪੀ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਇਸ ਧੰਦੇ ਦਾ ਮੁਖੀ ਸ਼ਿੰਦਰ ਵਾਸੀ ਚੀਤਾ ਅੰਮ੍ਰਿਤਸਰ ਹੈ, ਜਿਸ ਦੇ ਨਾਲ ਉਸਦੇ 3 ਹੋਰ ਸਾਥੀ ਸ਼ਾਮਲ ਨੇ। 4 ਮਈ ਨੂੰ ਅਸੀਂ ਕਿਲਾ ਲਾਲ ਸਿੰਘ ਦੇ ਏਰੀਏ ਦੇ ਵਿੱਚੋਂ, ਥਾਣਾ ਕਿਲਾ ਲਾਲ ਸਿੰਘ ਦੇ ਏਰੀਏ ਚੋਂ, ਇੱਕ ਮਹਿੰਦਰਾ ਪਿਕਅਪ ਗੱਡੀ ਦੇ ਵਿੱਚੋਂ 3000 ਲੀਟਰ ਅਲਕੋਹਲ ਬਰਾਮਦ ਕੀਤੀ ਸੀਗੀ, ਜਿਹਦੇ ਵਿੱਚ ਅਸੀਂ ਇੱਕ FIR ਰਜਿਸਟਰ ਕੀਤੀ 4 ਬੰਦਿਆਂ ਦੇ ਖਿਲਾਫ਼। ਉਹਦੇ 'ਚੋਂ 2 ਬੰਦੇ ਅਰੈਸਟ ਹੋਏ ਸੀਗੇ। ਉਸੇ ਮੁਕੱਦਮੇ ਦੀ ਜਿਹੜੀ ਇਨਵੈਸਟੀਗੇਸ਼ਨ ਫਰਦਰ ਚੱਲ ਰਹੀ ਸੀ, ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਫਿਰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਗੱਡੀ, ਇੱਕ ਟਰੱਕ ਜਿਹੜਾ ਹੈ ਦੁਬਾਰਾ ਤੋਂ ਅਲਕੋਹਲ ਦਾ ਉਹਨਾਂ ਬੰਦਿਆਂ ਦਾ ਹੀ ਫਿਰ ਤੋਂ ਬਟਾਲੇ ਦੇ ਏਰੀਏ ਵਿੱਚ ਆ ਰਿਹਾ ਹੈਗਾ, ਜਿਹੜਾ ਕਿ ਦਮੋਦਰ ਪਿੰਡ ਵਿੱਚ ਜਾਣੀ ਹੈਗੀ ਹੈ ਸਾਰੀ ਸ਼ਰਾਬ। ਅਤੇ ਫਿਰ ਉਹ ਸੀਕ੍ਰੇਟ ਇਨਫੋਰਮੇਸ਼ਨ 'ਤੇ ਕੰਮ ਕਰਦੇ ਹੋਏ ਅਸੀਂ ਜਦੋਂ ਦਮੋਦਰ ਪਿੰਡ ਦੇ ਵਿੱਚ ਜਾ ਕੇ ਰੇਡ ਕੀਤਾ ਅਤੇ ਉੱਥੇ ਸਾਨੂੰ ਫਿਰ ਕਰੀਬ 2900 ਲੀਟਰ ਅਲਕੋਹਲ ਦੁਬਾਰਾ ਤੋਂ ਬਰਾਮਦ ਹੋਈ, ਜਿਹਦੇ 'ਚ ਅਸੀਂ ਇੱਕ ਟਰੱਕ ਰਿਕਵਰ ਕੀਤਾ ਜਿਹਦੇ ਵਿੱਚ ਸ਼ਰਾਬ ਸੀਗੀ, ਐਂਡ ਇੱਕ ਮੌਕੇ ਤੋਂ ਜਿਹੜਾ ਟਰੱਕ ਦਾ ਡਰਾਈਵਰ ਸੀਗਾ ਉਹ ਅਰੈਸਟ ਕੀਤਾ। ਅਲਕੋਹਲ ਬਹੁਤ ਕੰਸਨਟ੍ਰੇਟਿਡ ਉਹਦੇ ਰੂਪ ਵਿੱਚ ਆਉਂਦੀ ਹੈਗੀ ਹੈ ਪਿੱਛੋਂ, ਜਿਹਦੇ 'ਚ ਪਾਣੀ ਪਾ ਕੇ 10 ਟਾਈਮਸ ਉਹਦੇ 'ਚ ਪਾਣੀ ਪਾ ਕੇ ਉਹਨੂੰ ਡਾਇਲਿਊਟ ਕਰਕੇ ਅਤੇ ਫਿਰ ਇਹ ਗਾਂ ਵੇਚਦੇ ਹੈਗੇ ਨੇ ਅਲਕੋਹਲ। ਸਰ ਪਹਿਲਾਂ ਵੀ ਰਿਕਵਰੀ ਹੋਈ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਏਡੀ ਵੱਡੀ, ਐਸ ਸੈਕਿੰਡ ਹੈ, ਕੀ ਕਿ ਰਾਜਨੀਤਿਕ ਪਾਰਟੀ ਦਾ ਕੋਈ ਆ ਰਿਹਾ ਹੱਥ ਦੇ ਵਿੱਚ? ਨਹੀਂ, ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ। ਠੀਕ ਹੈ। ਲੋਕ ਸਭਾ ਚੋਣਾਂ ਤੋਂ ਰਾਜਾ ਦੀ ਪਹਿਲਾਂ ਬਟਾਲਾ ਪੰਜਾਬ ਟੀਵੀ ਫਿਰ ਵੱਡੀ ਮਾਤਰਾ ਦੇ ਵਿੱਚ ਅਲਕੋਹਲ